ਹੋਰ ਬਾਬੂ ਜੀ ਅਸੀਂ ਕਾਲ ਹਾਂਜੀ ਹੋਰ ਠੀਕ ਠਾਕ ਜੀ ਠੀਕ ਲਿਖਿਆ ਬਾਬੂ ਕੋਈ ਸਵੇਰ ਦਾ ਸਵੇਰ ਦਾ ਇੰਨਾ ਵੀ ਆ ਵੀ ਗਿਆ ਵਾ ਕਿੰਨੇ ਇਹ 80 ਫੀਟ ਲੱਗਦਾ ਸੇ ਖਾ ਕੇ ਜਾਂਦੇ ਕਿ ਨਹੀਂ ਨਹੀਂ ਸਵੇਰ ਤੇ ਕਿੰਨੀ 20 ਵੇਚ ਲਈ ਦੋ ਕਿੰਨੀ ਦਿਹਾੜੀ ਪਾਈ ਉਹ ਇੱਧਰ ਆ ਦਿਹਾੜੀ ਸਾਨੂੰ ਵੀ 100 ਰੁਪਏ ਹੈ 100 ਰੁਪਏ ਸਾਰੀ ਦਿਹਾੜੀ ਵੇਚ ਕੇ 100 ਰੁਪਏ ਹਾਂ ਹਾਂ ਬਾਬੂ ਇੰਨਾ ਬਜ਼ੁਰਗ ਤੂੰ ਹੈਗਾ ਮੈਂ ਤੇਰੀ ਵੀਡੀਓ ਲੈਣ ਲਿਆ ਵਾਂ ਇੰਨਾ ਬਜ਼ੁਰਗ ਤੂੰ ਹੈਗਾ ਵਾਂ ਤੇ ਤੇਰੀ ਉਮਰ ਤੇ ਘਰੇ ਬਹਿੰਦੀ ਏ ਤੇ ਮੈਨੂੰ ਕਾਦੀ ਮਜਬੂਰੀ ਪੈ ਗਈ ਵੀ ਇੰਨੀ ਉਮਰ ਤੇ ਵੀ ਵੇਚਣ ਲੈ ਕੇ ਜਾ ਨਹੀਂ ਜੀ ਇੱਕ ਕੁੜੀ ਤੇ ਇੱਕ ਹੀ ਮੁੰਡਾ ਅੱਛਾ ਤੇ ਬੱਚੇ ਚਾਹੀ ਗਰੀਬ ਚਾਹੀ ਤਾਂ ਰੋਟੀ ਦਾ ਨਵੇਂ ਆਣੀ ਆ ਬਾਤ ਬਾਤ ਤੇ ਰੋਟੀ ਦਾ ਅੱਛਾ ਨਵਾਂ ਕਹਿੰਦੇ ਕੰਮ ਕਰੇਗਾ ਤਾਂ ਰੋਟੀ ਮਿਲਣੀ ਹਾਂ ਤੇ ਫਿਰ ਇੱਥੇ ਫਿਰ ਤੇ ਲੂਣ ਤੇਲ ਲਾ ਜਾਣਾ ਕਈ ਦੁੱਧ ਲਾ ਜਾਣਾ ਅੱਛਾ ਜਾਂ ਮਿੱਠਾ ਲਾ ਗਿਆ ਤੇ ਰੋਟੀ ਨਾਲ ਹੀ ਬੰਨ ਦਿੰਦੇ ਆ ਅੱਛਾ ਰੋਟੀ ਨਾਲ ਹੀ ਲੈ ਆਉਣਾ ਤੇ ਸਾਰੀ ਦਿਹਾੜੀ ਕਿੰਨੇ ਵਜੇ ਦਾ ਸਵੇਰ ਦਾ ਇਹਦਾ ਬਸ ਹੁਣ ਹਲੋ ਕੀ 6 ਦਾ ਟਾਈਮ ਹੋ ਚੱਲਿਆ ਹਾਂ 5 ਵਜ ਗਏ ਆ ਕਿੰਨੇ ਵਜੇ ਦਾ ਆ ਤੇ ਮੈਂ ਵੱਡੇ ਵੇ ਜਾਣਾ ਤੜਕੇ ਦਾ ਤੜਕੇ ਦਾ ਆ ਹਾਂ ਵੱਡੇ ਵੇ ਤੇ 10 ਕਰੋ 10 ਵਜੇ ਮੈਂ ਕੰਮ ਕਰ ਲਿਆ ਅੱਛਾ ਆਇਆ ਤੜਕੇ ਦਾ ਆਇਆ 10 ਵਜੇ ਦਾ ਆਇਆ ਹਨਾ 6 ਵਜ ਗਏ ਤੇ 100 ਰੁਪਏ ਕਮਾਇਆ ਹਾਂ ਕਦੀ ਕਦੀ 150 ਬਣ ਜਾਂਦਾ ਅੱਛਾ 150 ਹੋਈ ਬਣ ਜਾਂਦਾ ਕਈ ਤੇਰੇ ਵਰਗੇ ਕੋਈ ਇੱਥੇ ਜਿਹੜੇ ਭਰਾ ਆਉਂਦੇ ਕੋਈ 10 ਪੰਜ ਦੇ ਵੀ ਜਾਂਦੇ ਆ ਇੱਕ ਮਰੂੰਡਾ ਖਾਂਦੇ ਆ ਤਾਂ 20 ਦੇ ਜਾਂਦਾ परिवार ਤਿੰਨ ਪੋਤਰੀਆਂ ਅੱਛਾ ਇੱਕ ਪੋਤਰਾ ਅੱਛਾ ਤਿੰਨ ਪੋਤਰੇ ਇੱਕ ਪੋਤਰਾ ਤੇ ਮੁੰਡਾ ਕੀ ਕੰਮ ਕਰਦਾ ਮੁੰਡਾ ਪਹਿਲਾਂ ਚੂਸਲਾ ਦੇ ਕੰਮ ਕਰਦਾ ਹੈ ਦਾੜੀ ਜਾਂਦਾ ਦਾੜੀ ਅੱਛਾ ਹਾਂ ਜੀ ਦਾੜੀ ਜਾਂਦਾ ਦਾੜੀ ਮੰਡਮ ਦੇਰੀ ਕਰਦਾ ਕਿਹੜਾ ਪਿੰਡ ਆ ਪਿੰਡ ਚ ਕਿੰਨਾ ਵਾਲੀ ਬਸਤੀ ਕਿੰਨਾ ਵਾਲੀ ਬਸਤੀ ਪਿੰਡ ਮਾਤੂ ਦੇਖੋ ਬਜ਼ੁਰਗ ਬਾਪੂ ਤੇ ਬਾਪੂ ਹੁਣ ਇੰਨੀ ਉਮਰ ਹੋ ਗਈ ਆ ਠੀਕ ਆ ਤੇ ਕਰ ਦਵਾਂ ਹਾਂ ਚਲ ਹੱਥੀ ਮਿਹਨਤ ਕਰਦਾ ਵਾਂ ਨਾ ਕਦੀ ਰੱਬ ਤੋਂ ਨਹੀਂ ਕਦੀ ਕੋਈ ਸ਼ਿਕਵਾ ਕੀਤਾ ਬੱਗੇ ਫਰਿਆਦ ਕਰੀਦੀ ਆ ਹਾਂ ਰੱਬ ਨੂੰ ਆਖੀਦਾ ਮੈਂ ਤੁਰਨ ਫਰਨਾ ਜੀ ਅੱਖ ਦਿੱਤੀ ਹੈ ਜਿਹੜੇ ਮਰੁੰਡਾ ਖਾ ਕੇ ਜਾਣ ਉਹਨਾਂ ਨੂੰ ਵੀ ਤੰਦਰੁਸਤੀ ਦੇ ਜਿੰਨੀ ਮੇਰੀ ਉਮਰ ਲੰਬਾਈ ਕੀਤੀ ਹੈ ਉਹਨਾਂ ਦੀ ਵੀ ਉਮਰ ਲੰਬਾਈ ਉਹਨਾਂ ਦੀ ਵੀ ਵਾਹਿਗੁਰੂ ਵਾਹਿਗੁਰੂ ਇਹ ਲੋ ਬਜ਼ੁਰਗ ਕੀ ਕਹਿੰਦੇ ਕਿ ਜਾਂ ਸੀਸਾ ਦਿੰਦੇ ਆ ਹਾਂਜੀ ਚਲੋ ਮੈਂ ਮੱਕੂ ਮਿਲੇ ਸੀ ਬਜ਼ੁਰਗ ਫਾਟਕਾਂ ਤੇ ਮਿਲੇ ਸੀਗੇ ਆਪਾਂ ਨੂੰ ਲੱਗ ਗਿਆ ਵੀਰ ਵੀ ਖੜੇ ਆ ਤੇ ਬਾਪੂ ਚੱਲ ਥੋੜੀ ਜੀ ਆਪਣੀ ਹੁਣ ਸਾਰੇ ਮਾਲੇ ਦੁਆ ਕਰੀਦੀ ਆ ਹੈ ਦੁਆ ਉਹਨਾਂ ਨੂੰ ਬਰਕਤ ਦੇ एक मरुंडा दे दे मेनू एक मरुंडा दे दे आले अरदास करी सानू रब मांदरियां दी सेवा दवे अपनी ना संस्था वा छोटी रख ला बापू ठीक है अरदास करी जेडे वीर मेनू भरा सेवा भेजदे आ रब उहनां नू तंदुरुस्तियां दे लंबी उम्र दे दे उहनां नू लो वीर रब ना फरश करे पर एक परिवार दे विच क्योंकि वीर मैं बहुत ज्यादा नहीं बजुर्गों को दिता सिर्फ तो सिर्फ 500 रुपया सेवा दी है मैं आखा कि मैं बापू का सारी गरीबी कट दी है पर मेरा वीडियो बनाने का कारण एक आ कि जिथे भी आपां नू गुरु का प्यारा मिले आपां नू पंजाबी सिख मिले पंजाबी भरा मिले आपां नू कुछ ना कुछ उस तो जरूर खरीदना चाहिए वा क्योंकि आपां मॉलों तो खरीदते हाँ वेखो बजुर्ग बेचारा भज भज के कोई ਗੱਡੀ ਵਾਲੇ ਨੂੰ ਮਰੁੰਡਾ ਵੇਚ ਰਿਹਾ ਕਿਸੇ ਨੂੰ ਵੇਚ ਰਿਹਾ ਕਿਸੇ ਕਾਰ ਵਾਲੇ ਨੂੰ ਵੇਚ ਰਿਹਾ ਤੇ ਵਿਚਾਰੇ ਵੇਖ ਕੇ ਤੇ ਬਾਪੂ ਨੂੰ ਸ਼ੀਸ਼ੇ ਬੰਦ ਕਰ ਲੈਂਦੇ ਸੀ ਇਹਨਾਂ ਦੇ ਪਸੀਨੇ ਦੇ ਨਾਲ ਇਹਨਾਂ ਦੇ ਘਰ ਚੱਲਦੇ ਆ ਵਿਚਾਰਿਆਂ ਦੇ ਸੋ ਇਹਨਾਂ ਤੋਂ ਜ਼ਰੂਰ ਕੁਝ ਨਾ ਕੁਝ ਖਰੀਦਿਆ ਕਰੋ ਸਿਰਫ ਤੁਸੀਂ 100 ਦੀ ਚੀਜ਼ ਖਰੀਦ ਲੋਗੇ 50 ਰੁਪਏ ਦੀ ਚੀਜ਼ ਖਰੀਦ ਲੋਗੇ ਇਹਨੇ ਦੇ ਨਾਲ ਇਹਨਾਂ ਨੂੰ ਇੰਨਾ ਸਕੂਨ ਮਿਲਦਾ ਨਾ ਇਹਨਾਂ ਨੂੰ ਇੰਨਾ ਖੁਸ਼ੀ ਮਿਲਦੀ ਆ ਇਹਨਾਂ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਤੁਹਾਨੂੰ ਸਕੂਨ ਬਹੁਤ ਜ਼ਿਆਦਾ ਮਿਲੂਗਾ ਬਹੁਤ ਵਧੀਆ ਲੱਗੂਗਾ ਇੰਨੀਆਂ ਸੀਸਾਂ ਮਿਲਦੀਆਂ ਇੱਕ ਸਾਰੀਆਂ 50 ਰੁਪਏ ਚ ਵੀ ਜੀ ਆਪਾਂ ਇੰਨੀਆਂ ਸੀਸਾਂ ਹੀ ਦੇ ਦਿੰਦੇ ਬਜ਼ੁਰਗ ਲੋ ਬੋਲੋ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਗੁਰਾਮ ਕਰ ਤੁਹਾਨੂੰ ਗੁਰਾਮ ਚੰਗਾ ਬਜ਼ੁਰਗੋ ਹੋਰ ਕੱਲ ਫੇਰ ਯਾਰ ਉਹ ਚਾਹ ਪਾ ਵਾਹ ਕਦੋਂ ਹੀ ਰੱਖ ਲੋ ਗੱਲ ਨਹੀਂ ਤਾਂ ਕਰਕੇ ਇਹਨੇ ਮੈਨੂੰ ਦੱਸਿਆ ਕਹਿੰਦਾ ਵੀ ਇਹ ਬੰਦਾ ਉਹ ਆ ਨਹੀਂ ਕਿਹਾ ਤੋ ਨਾ ਭਾਈ ਹਾਂਜੀ ਹਰੀ ਕੇ ਬਾਪੂ ਨਹੀਂ ਬਾਪੂ ਧੰਨਵਾਦ ਤੇਰਾ ਇਨਾ ਇਹ ਨਾ ਕੀ ਆ
ਤੇਰੇ ਬੋਤਾਂ ਭਾਈ ਅਰਦਾਸ ਕਰੀ ਰੱਬ ਸਾਨੂੰ ਇਮਾਨਦਾਰੀਆਂ ਦੇਵੇ ਰੱਬ ਬਸ ਇਮਾਨਦਾਰੀ ਚਾਹੀਦੀ ਆ ਇਹਦੀ ਅਰਦਾਸ ਕਰੀ ਕਿਉਂਕਿ ਪੈਸਾ ਵੇਖ ਕੇ ਵੱਡੇ ਵੱਡੇ ਡੋਲ ਜਾਂਦੇ ਆਹਾ ਸਹੀ ਗੱਲ ਪੈਸਾ ਵੇਖ ਕੇ ਵੱਡੇ ਵੱਡੇ ਡੋਲ ਜਾਂਦੇ ਬਾਪੂ ਕੋਈ ਤੇਰਾ ਨੰਬਰ ਨੰਬਰ ਹੈਗਾ ਤੇਰਾ ਕੋਈ ਨਹੀਂ ਨੰਬਰ ਨਾ ਮੈਂ ਕੰਮ ਆਹ ਇੱਥੇ ਹੁੰਦਾ ਸਾਡੇ ਕੋਲੇ ਹੀ ਹੁੰਦਾ ਜੀ ਨਹੀਂ ਕਈ ਵਾਰ ਕਿਸੇ ਨੇ ਨਾ ਸੇਵਾ ਸੁਵਾ ਪਾਉਣੀ ਹੁੰਦੀ ਆ ਅਗਲਾ ਆ ਕੇ ਹਨਾ ਬਸ ਇਹਦਾ ਨੰਬਰ ਵਿੱਚ ਬੋਲ ਦੇਣਾ ਜੋ ਬਹਿ ਚਾਹ ਪੀ ਆਪਾਂ ਸੇ ਤਾਂ ਦੀ ਥੱਕੇ ਹੋਣੇ ਆ ਆ ਜਾ ਬਾਪੂ ਇੱਥੇ ਲੱਗ ਗਿਆ ਜਾ ਸਾਡੇ ਇੱਥੇ ਬਹਿ ਕੇ ਆ ਜਾ ਚਾਹ ਪੀ ਗਿਆ ਆਪਾਂ ਇਹ ਹੁਣ ਵੀ ਤੋਂ ਬਾਪੂ ਨੂੰ ਚਾਹ ਪੀ ਆ ਜਾ ਬਹਿ ਜਾ ਲੱਗੇ ਮੇਰੇ ਠੀਕ ਆ ਸੇ ਦੀ ਬਾਪੂ ਚਾਹ ਪੀਤੀ ਨਹੀਂ ਆ ਉਹ मैं शहर से दिहाड़ी जा करके भी मैं दस मिनट बह ना जावा सा भी लेना ना बापू जरा बापू दिवाली हुई ना आई भी तू मेन फोन लवाई मैं तेरे लिए कुछ लेके आऊंगा दिवाली को मेनू चेता नहीं रहना ए तू मेन फोन दवा दी घरे मैं बच्चा दिवाली लेके आऊंगा मैं दोस्तों जरूरत है अपने आले दुआले अजिहे मेहनत करदे बजुर्गां दी मदद करन दी उन्हां तों कुछ खरीद के उन्हां दे रुजगार दे विच वाधा करन दी तुहाडा की कहना है जे बजुर्गां बारे जरूर कमेंट करना ते होर ताजा खबरां दे लई अनलिमिटेड ज्ञान नूं सबसक्राइब करके नोटिफिकेशन बैल ऑल ते सिलेक्ट कर लेनी ताकि हर एक ताजा खबर तुहाडे तक पहुंचदी रहे सब तों पहलां बजुर्ग तू है मैं तेरी वीडियो लैन लिया वा इना बजुर्ग तू है वा तेरी उम्र ते घरे बहन दी मजबूरी पैगी इनी उम्र ती बेच लिया जा रोटी मिलनी अच्छा रोटी ना ही ला सारी दिहाड़ी किन्ने बजे दा सवेर दा इहदा बस होना छे बज गए 100 रुपया कमाया सौ।